पंजाब विच 10 सालों बाद कांग्रेस की सरकार बनी है। इस सरकार तो एक आम आदमी नू, एक पंजाबी नू की कुछ उम्मीदा लानिया चाहिए ने ताकि सूबा तरक्की की राह वल अगे वधे, किहड़े मुद्दे होने चाहिए ने, इस बारे गलबात करन दे लई चक दे टीवी दे नाल इस वेले फोन लाइन के जरिए डॉक्टर धर्मवीर गांधी जो कि सांसद ने वो जुड़े ने उन्हां नाल वधेरे गलबात करते हैं। डॉक्टर गांधी जी बहुत बहुत स्वागत है तुहाडा चक दे टीवी दे विच। सब तो पहला तुहाडे तों इह जानना चाहांगे कि एक बुद्धिजीवी दे नाते, एक पंजाबी होने दे नाते तुसीं की कुछ सोचदे हो, सरकार दीआं प्राथमिकतावां की होणियां चाहीदियां ने, सरकार नूं किस दिशा सरकार वालों और जो मतरेई मां वाला स्कूल सलूक हों रहा, जिस करके पंजाब दे सब तो गंभीर संकट है, पानी का संकट है। पंजाब की सिर्फ 27% सिंचन योग जमीन है, खेती योग जमीन है, ਉਹਦੀ ਸਿੰਚਾਈ ਨਹੀਂ ਖੇਤੀ ਨਾਲ ਹੁੰਦੀ ਹੈ। ਬਾਕੀ 14 ਲੱਖ ਟਿਊਬਵੈਲ, 14.5 ਲੱਖ ਟਿਊਬਵੈਲਾਂ ਨਾਲ ਧਰਤੀ ਦੀ ਸਭ ਤੋਂ ਹੇਠਲੀ ਪਰਤ ਤੋਂ ਪਾਣੀ ਖਿੱਚਣਾ ਪੈ ਰਿਹਾ ਫਸਲਾਂ ਪਾਣੀ ਵਾਸਤੇ। ਤੇ ਪੰਜਾਬ 5 ਦਰਿਆਵਾਂ ਦੀ ਧਰਤੀ ਹੈ, ਪੰਜਾਬ ਦੇ ਪਾਣੀ ਦੇ ਪੰਜਾਬ ਦਾ ਮਾਲਕ ਨਾ ਹੱਕ ਹੈਗਾ। ਉਹ ਹੱਕ ਖੋ ਕੇ ਇਹ ਹੁਣ ਇੱਕ ਇਹਨਾਂ ਨੇ ਬਣਾਤਾ ਅੰਤਰਰਾਜੀ ਝਗੜਾ, ਜਾਂ ਦਰਿਆ ਅੰਤਰਰਾਜੀ ਹੈ ਨਹੀਂ, ਕੋਈ ਝਗੜਾ ਅੰਤਰਰਾਜੀ ਕਿਵੇਂ ਹੋ ਗਿਆ? ਇਹ ਤਿੰਨੇ ਸਟੇਟਾਂ, ਦਿੱਲੀ ਵੀ, ਹਰਿਆਣਾ ਵੀ ਤੇ ਰਾਜਸਥਾਨ ਵੀ ਨੌਨ ਰਿਪੇਰੀਅਨ ਰਾਜ ਹੈਗੇ ਆ, ਤਟਵਰਤੀ ਰਾਜ ਹੈ ਨਹੀਂ। ਇਹਨਾਂ ਦਰਿਆ ਸਾਡਾ 1 ਇੰਚ ਵੀ ਦਰਿਆ ਨਹੀਂ ਵਗਦਾ, ਨਾ ਰਾਵੀ, ਨਾ ਸਤਲੁਜ, ਨਾ ਬਿਆਸ। ਤੇ ਇਹਨਾਂ ਨੂੰ ਪਾਣੀ ਦਿੱਤਾ ਜਾ ਰਿਹਾ, ਬਿਲਕੁਲ ਫ੍ਰੀ ਦਿੱਤਾ ਜਾ ਰਿਹਾ। ਤੇ ਸਾਡੀ ਤਾਂ ਇਹ ਮੰਗ ਹੈ ਸਰਕਾਰ ਕੋਲੋਂ ਕਿ ਉਹ ਜਿਹੜੀ ਪਹਿਲਾਂ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟ ਕੀਤੀ, ਖਤਮ ਕੀਤੀਆਂ ਸੀਗੀਆਂ, ਉਹਨੂੰ ਦੁਬਾਰਾ ਵਿਧਾਨ ਸਭਾ ਦੇ ਲਾ ਸਕਦੇ, ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਹ ਐਲਾਨ ਕਰ ਦੇਣ ਕਿ ਪੰਜਾਬ ਦੇ ਜਿਹੜੇ ਮਾਲਕਾਂ ਦਾ ਹੱਕ ਹੈ ਉਹ ਮਤਲਬ ਪੰਜਾਬ ਨੂੰ ਮਿਲਣੇ ਚਾਹੀਦੇ। ਸਰਕਾਰ ਇਸ ਗੱਲ ਦੇ ਦਊਂਗੀ ਜੇ ਮਾਰੇ ਕਿ ਲਾਲ ਬੱਤੀਆਂ ਨਾ ਲੱਗੇ, ਉਹਨੇ ਬਹੁਤ ਵੱਡਾ ਕਾਰਨਾਮਾ ਕਰ ਦਿੱਤਾ। ਮੈਂ ਕਹਿੰਦਾ ਬਿਲਕੁਲ ਸਹਿਮਤ ਨਹੀਂ ਹੈਗਾ। ਲਾਲ ਬੱਤੀ ਜਿਹੜਾ VIP ਕਲਚਰ ਹੈ, ਉਹ ਜਿਹੜਾ ਅਸਾਵਾਂ ਵਿਕਾਸ ਹੈਗਾ ਆ, ਅਸਾਵਾਂ ਮਤਲਬ ਜੋ ਸਾਵਾਂ ਵਿਕਾਸ ਨਹੀਂ ਹੈਗਾ, ਜੋ ਵਿਤਕਰੇ ਹੈਗੇ ਆ, ਸਮਾਜਿਕ ਵਿਤਕਰੇ ਹੈਗੇ ਆ, ਜਾਤ ਪਾਤੀ ਵਿਤਕਰੇ ਹੈਗੇ ਆ, ਆਰਥਿਕ ਵਿਤਕਰੇ ਹੈਗੇ ਆ, ਵਰਗ ਕੋਲ ਅੰਨਾ ਪੈਸਾ ਹੈਗਾ, ਸੱਤਾ ਦਾ ਨਸ਼ਾ ਹੈਗਾ। ਪੰਜਾਬ ਦੇ ਵਿੱਚ 5 ਸੂਬਿਆਂ ਦੇ ਇਹ ਜਿਹੜੇ ਚੋਣ ਨਤੀਜੇ ਆਏ ਨੇ, ਇਹਨਾਂ ਵਿੱਚੋਂ ਸਭ ਤੋਂ ਅਹਿਮ ਉੱਤਰ ਪ੍ਰਦੇਸ਼ ਦਾ ਸੀ। ਇਸ ਨਤੀਜਿਆਂ ਬਾਰੇ ਤੁਹਾਡਾ ਕੀ ਕਹਿਣਾ ਹੈ ਅਤੇ ਦੇਸ਼ ਕਿਸ ਦਿਸ਼ਾ ਵੱਲ ਅੱਗੇ ਵੱਧ ਰਿਹਾ ਹੈ, ਕੀ ਕਹੋਗੇ ਤੁਸੀਂ? ਇੱਕ ਬਹੁਤ ਸੰਖਿਅਕ ਮਾਹੌਲ ਜਿਹੜਾ ਹੈਗਾ, ਮੈਚੋਰਿਟੀ ਦੀ ਇੰਸਟੀਟਿਊਟ ਬਣਦੀ ਜਾ ਰਹੀ ਹੈਗੀ ਹਿੰਦੁਸਤਾਨ, ਜਿਹੜਾ ਫੁੱਲਾਂ ਦਾ ਗੁਲਦਸਤਾ ਸੀ, ਵੱਖ ਵੱਖ ਧਰਮਾਂ ਜਾਤਾਂ ਕੌਮੀਤਾਂ ਦੇ ਆਧਾਰ ਤੇ ਸਾਡਾ ਜਿਹੜਾ ਦੇਸ਼ ਸੀਗਾ, ਜੋ ਉਹਦੀ ਪਰੰਪਰਾ ਸੀ, ਗੰਗਾ ਜਮਨੀ ਤਹਿਜ਼ੀਬ ਸੀਗੀ, ਸਾਂਝੀ ਤਹਿਜ਼ੀਬ ਸੀਗੀ, ਸਾਂਝਾ ਕਲਚਰ ਸੀਗਾ, ਸਾਂਝਾ ਮੁਲਕ ਸੀਗਾ, ਉਹਦੇ ਤੇ ਹਿੰਦੂ ਰਾਜ ਦੇ ਮਨਸੂਬੇ ਪਾਲੇ ਜਾ ਰਹੇ ਹੈਗੇ ਆ, ਔਰ ਉਹ ਜਿਹੜਾ ਰੱਥ ਹੈਗਾ ਉਹ ਅਜੇ ਤੱਕ ਬੇਰੋਕ ਵੱਧ ਰਿਹਾ ਹੈਗਾ। ਜ਼ਰੂਰੀ ਨਹੀਂ ਹੈਗਾ ਮਤਲਬ ਕਿ ਉਹਨਾਂ ਨੇ ਮੁਸਲਮਾਨਾਂ ਨਾਲ ਵੱਡੀ ਦਿਲਚੀ ਵੋਟ ਪਾਈ, ਉਹ ਚੀਜ਼ਾਂ ਮੁਸਲਮਾਨ ਵੀ ਪਾ ਸਕਦੇ ਆ, ਪਰ ਮੈਨੂੰ ਘੱਟੋ ਘੱਟ ਇਹ ਠੀਕ ਨਹੀਂ ਲੱਗਦਾ ਹੈ ਕਿ ਤੁਸੀਂ ਅਜਿਹੇ ਬੰਦੇ ਨੂੰ ਮੁੱਖ ਮੰਤਰੀ ਬਣਾਇਆ ਹੈਗਾ ਜਿਹਨੇ ਕਾਫ਼ੀ ਭੜਕਾਊ ਬਿਆਨ ਦਿੱਤੇ ਹੈਗੇ ਆ। ਤੇ ਉਹ ਮੈਨੂੰ ਲੱਗਦਾ ਕਿ ਬੀਜੇਪੀ ਨੂੰ ਜੋ ਇਹ ਕਾਰਪੋਰੇਟ ਸੈਕਟਰ ਦਾ ਤੇ ਨੈਸ਼ਨਲਿਜ਼ਮ ਦਾ ਔਰ ਇਹ ਜਿਹੜਾ ਇੱਕ ਧਰਮ ਦਾ ਜਿਹੜਾ ਇਹ ਕੰਬੀਨੇਸ਼ਨ ਹੈਗਾ, ਇਹ ਹਿੰਦੁਸਤਾਨ ਦੀ ਰਾਜਨੀਤੀ ਵਾਸਤੇ ਵੀ, ਹਿੰਦੁਸਤਾਨ ਦੀ ਫੈਡਰਲ ਸਟਰਕਚਰ ਵਾਸਤੇ ਵੀ, ਜਮਹੂਰੀਅਤ ਵਾਸਤੇ ਵੀ, ਇਹ ਤਿੰਨੀ ਰੁਝਾਨ ਠੀਕ ਨਹੀਂ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਗਾਂਧੀ ਜੀ, ਚੱਕਦੇ ਟੀਵੀ ਦੇ ਨਾਲ ਜੁੜਨ ਦੇ ਲਈ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ।